ਵਿਚਾਰ ਵਟਾਂਦਰਾ ਕਰਨਾ। ਮੇਰੇ ਨਾਲ ਸਾਡੀ ਪਾਰਟੀ ਦੇ ਕੁਲੀਗਸ ਮੇਰੇ ਰਾਈਟ 'ਤੇ ਬੈਠੇ ਨੇ, ਸਰਦਾਰ ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਜਿਹੜੇ ਜਨਰਲ ਸੈਕਟਰੀ ਨੇ ਸਾਡੀ ਪਾਰਟੀ ਦੇ, ਔਰ ਲੈਫਟ 'ਤੇ ਸਰਦਾਰ ਗੁਰਪ੍ਰੀਤ ਸਿੰਘ ਸੰਧੂ ਐਡਵੋਕੇਟ ਹਾਈ ਕੋਰਟ ਔਰ ਸਪੋਕਸਪਰਸਨ ਨੇ ਸਾਡੀ ਪਾਰਟੀ ਦੇ। ਮੈਂ ਤਾਂ ਅੱਜ ਪੰਜਾਬ ਦੇ ਆਵਾਮ ਨੂੰ ਔਰ ਦੁਨੀਆ ਭਰ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਨੂੰ ਆਗਾਹ ਕਰਨ ਵਾਸਤੇ ਹਾਜ਼ਰ ਹੋਇਆ, ਕਿਉਂਕਿ ਪਿਛਲੇ ਕੁਛ ਦਿਨਾਂ ਦੇ ਘਟਨਾਕ੍ਰਮ ਜਿਹੜੇ ਨੇ ਉਹ ਦਰਸਾ ਰਹੇ ਨੇ ਕਿ ਕਸ਼ਮੀਰ ਦੀ ਆਵਾਜ਼ ਮਜ਼ਲ ਕਰਨ ਤੋਂ ਬਾਅਦ ਉਹਨਾਂ ਦੇ ਹਕੂਕਾਂ 'ਤੇ ਮੁਕੰਮਲ ਤੌਰ 'ਤੇ ਡਾਕਾ ਮਾਰ ਕੇ ਔਰ ਡੈਮੋਕ੍ਰੇਸੀ ਦਾ ਉੱਥੇ ਪੂਰਾ ਘਾਣ ਕਰਕੇ ਉਹਦੇ ਜਿਹੜੇ ਜਮਹੂਰੀਅਤ ਦੇ ਬੇਸਿਕ ਅਸੂਲ ਸੀਗੇ, ਇਬਰਾਹਿਮ ਲਿੰਕਨ ਨੇ ਇਹੀ ਕਿਹਾ ਸੀ ਨਾ ਕਿ ਡੈਮੋਕ੍ਰੇਸੀ ਇਜ਼ ਫੋਰ ਦਾ ਪੀਪਲ, ਆਫ ਦਾ ਪੀਪਲ, ਬਾਏ ਦਾ ਪੀਪਲ। ਪਰ ਜੋ ਕਸ਼ਮੀਰ ਦੇ ਨਾਲ ਵਰਤਾਰਾ ਹੋਇਆ ਵਾ ਉਹਨਾਂ ਨੂੰ ਤਾਂ ਪੁੱਛਿਆ ਨਹੀਂ ਗਿਆ, ਉਹਨਾਂ ਨੂੰ ਤਾਂ ਅੱਜ ਤੱਕ ਤਾਲਾ ਲਾਇਆ ਹੋਇਆ ਵਾ, ਲੀਡਰ ਸਾਰੇ ਨਜ਼ਰਬੰਦ ਕਰਤੇ, ਬਾਹਰੋਂ ਬੈਠੇ ਸਾਰੇ ਕਹੀ ਜਾਂਦੇ ਕਿ ਇਹ ਕਸ਼ਮੀਰ ਲਈ ਬਹੁਤ ਚੰਗਾ ਵਾ। ਜੋ ਅਸੀਂ ਫੈਸਲਾ ਲਿਆ ਜਿਹੜੇ ਲੋਕਾਂ ਦੀ ਤਕਦੀਰ ਬਦਲਣੀ ਆ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਦਿੱਲੀ ਬੈਠ ਕੇ ਜੋ ਅਸੀਂ ਫੈਸਲਾ ਲਿਆ ਤੁਹਾਡੇ ਲਈ ਬਹੁਤ ਚੰਗਾ ਵਾ। ਮੈਂ ਉਹਦੀ ਬਹੁਤ ਡਿਟੇਲਸ ਨਹੀਂ ਜਾਣਾ ਚਾਹੁੰਦਾ ਕਿਉਂਕਿ ਅੱਜ ਮੈਂ ਪੰਜਾਬ ਦੀ ਗੱਲ ਕਰਨਾ, ਪਰ ਇੱਕ ਗੱਲ ਕਹਿਣਾ ਚਾਹੁੰਦਾ ਕਿ ਆਰਟੀਕਲ 370 ਦਾ ਵਿਦਰੋਲ, ਇੱਕ ਗੱਲ ਇਹ ਵੀ ਕਹੀ ਜਾ ਰਹੀ ਆਮ ਜਨਤਾ ਨੂੰ ਜਿਹੜੇ ਕੁਛ ਨਾ ਸਮਝ ਜਨਤਾ ਵਾ ਕਿ ਹੁਣ ਜਿਹੜਾ ਮਰਜ਼ੀ ਕਸ਼ਮੀਰ ਵਿੱਚ ਜਾ ਕੇ ਕੋਈ ਚੀਜ਼ ਪ੍ਰੋਪਰਟੀ ਜ਼ਮੀਨ ਲੈ ਸਕਦਾ ਵਾ। ਇਹ ਪਹਿਲਾਂ ਮੋਦੀ ਸਾਹਿਬ ਦੀ ਸਰਕਾਰ ਦੱਸਣ ਕਿ ਅਸੀਂ ਰਾਜਸਥਾਨ 'ਚ ਕਿਉਂ ਨਹੀਂ ਜ਼ਮੀਨ ਲੈ ਸਕਦੇ, ਅਸੀਂ ਹਿਮਾਚਲ ਪ੍ਰਦੇਸ਼ ਵਿੱਚ ਕਿਉਂ ਨਹੀਂ ਜ਼ਮੀਨ ਲੈ ਸਕਦੇ, ਅਸੀਂ ਗੁਜਰਾਤ ਵਿੱਚ ਕਿਉਂ ਨਹੀਂ ਜ਼ਮੀਨ ਲੈ ਸਕਦੇ, ਅਸੀਂ ਉੱਤਰਾਖੰਡ ਵਿੱਚ ਕਿਉਂ ਨਹੀਂ ਜ਼ਮੀਨ ਲੈ ਸਕਦੇ। ਵਾਈ ਡਬਲ ਸਟੈਂਡਰਡਸ? ਅਸਲੀਅਤ ਇਹ ਆ ਕਿ ਉਹ 370 ਹਟਾ ਕੇ ਉੱਥੋਂ ਦੀ ਡੈਮੋਗ੍ਰਾਫਿਕ ਸਿਚੁਏਸ਼ਨ ਨੂੰ ਚੇਂਜ ਕਰਨਾ ਚਾਹੁੰਦੇ, ਜਿਹੜੀ ਕਿ ਬੜੀ ਮੰਦਭਾਗੀ ਸੋਚ ਹੈ ਸਾਡੀ। ਕਸ਼ਮੀਰ ਤੱਕ ਤਾਂ ਇਹ ਮੈਂ ਕਹਿਣਾ ਚਾਹੁੰਦਾ ਕਿ ਉੱਥੋਂ ਦੇ ਜਿਹੜੇ ਵੀ ਡਿਟੇਨ ਕੀਤੇ ਨੇ ਲੀਡਰਸ ਉਹਨਾਂ ਨੂੰ ਛੱਡਣਾ ਚਾਹੀਦਾ ਵਾ ਔਰ ਨੋਰਮਲਸੀ ਬਹਾਲ ਕਰਨੀ ਚਾਹੀਦੀ ਆ ਅਤੇ ਲੋਕਾਂ ਦੀਆਂ ਭਾਵਨਾਵਾਂ ਦੇ ਅਨੁਕੂਲ ਫੈਸਲਾ ਲੈਣਾ। ਮੰਗਦੇ ਕੁਛ ਹੋਰ ਸੀਗੇ, ਸਟੇਟ ਦੇ ਦੋ ਟੋਟੇ ਕਰਕੇ ਅਤੇ ਉਹਨਾਂ ਨੂੰ ਯੂਨੀਅਨ ਟੈਰੀਟਰੀ ਬਣਾਤਾ, ਇਹ ਕੁਛ ਨਹੀਂ ਗਾ ਬਲਕਿ ਇੱਕ ਜਮਹੂਰੀਅਤ ਦੇ ਮੁੱਢਲੇ ਅਸੂਲਾਂ ਦਾ ਨਾਲ ਕੋਝਾ ਮਜ਼ਾਕ ਕੀਤਾ ਗਿਆ। ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਗਲੀ ਵਾਰੀ ਆਪਣੀ ਹੈ। ਜਿਹੜੇ ਲੋਕ ਬਹੁਤ ਤਾੜੀਆਂ ਮਾਰਦੇ ਨੇ, ਖੁਸ਼ ਹੁੰਦੇ ਨੇ 370 ਦੀ ਵਿਦਰੋਲ 'ਤੇ ਜਾਂ ਕਸ਼ਮੀਰ 'ਤੇ, ਉਹ ਸੁਚੇਤ ਹੋ ਜਾਣ ਕਿਉਂਕਿ ਪਿਛਲੇ ਕੁਛ ਸਮੇਂ ਦੇ ਘਟਨਾਕ੍ਰਮ ਜਿਹੜੇ ਨੇ ਉਹ ਦਰਸਾਉਂਦੇ ਨੇ ਕਿ ਪੰਜਾਬ ਇਜ਼ ਦ ਨੈਕਸਟ ਟਾਰਗੇਟ। ਸਭ ਤੋਂ ਪਹਿਲਾਂ ਮੈਂ ਫਲੱਡਸ ਦੀ ਗੱਲ ਕਰਦਾ ਹਾਂ। ਇੱਥੇ ਮਿਸਟਰ ਡੀ ਕੇ ਸ਼ਰਮਾ BBMB ਦੇ ਚੇਅਰਮੈਨ ਬੜੇ ਮੁਸਕਰਾ ਕੇ ਕਹਿੰਦੇ ਗਏ ਨੇ ਕਿ ਇਹ ਤਾਂ ਨੈਚੁਰਲ ਡਿਜ਼ਾਸਟਰ ਆ, ਇਹ ਮੈਨਮੇਡ ਡਿਜ਼ਾਸਟਰ ਨਹੀਂ ਗਾ। ਇਹਦੇ ਵਿੱਚ ਤਾਂ ਭਾਖੜਾ ਡੈਮ ਦੇ ਲੈਵਲ ਨੂੰ ਮੇਨਟੇਨ ਕਰਨ ਲਈ ਸਾਨੂੰ ਪਾਣੀ ਛੱਡਣਾ ਪਿਆ ਔਰ ਅਸੀਂ ਤਾਂ ਪਾਣੀ ਬਹੁਤ ਥੋੜ੍ਹਾ ਜਿਹਾ ਛੱਡਿਆ ਵਾ। ਅਸਲ ਪਾਣੀ ਜਿਹੜਾ ਕਹਿੰਦੇ ਆਏ 6 ਨਦੀਆਂ ਰਿਵਰਲੈਟਸ ਨੇ ਜਿਹੜੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਗਿਣਾਏ ਜਿਹੜੇ ਸਤਲੁਜ ਵਿੱਚ ਡਾਇਰੈਕਟਲੀ ਫਲੋ ਕਰਦੇ ਨੇ ਪਹਾੜਾਂ ਤੋਂ, ਇਹ ਸਾਰੀ ਜਿਹੜੀ ਜੋ ਕੁਛ ਖਰਾਬਾ ਹੋਇਆ ਇਹ ਉਸ ਦੀ ਦੇਣ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਹਿੰਦੇ ਕੋਈ ਰੋਲ ਨਹੀਂ ਇਹਦੇ ਵਿੱਚ ਹੈਗਾ। ਪਹਿਲਾ ਮੁੱਢਲਾ ਜਿਹੜਾ ਇਸ ਨੂੰ ਮੈਂ ਢਹਿ ਢੇਰੀ ਕਰਨਾ ਚਾਹੁੰਦਾ ਦਲੀਲ ਨੂੰ ਕਿ ਜੇ ਅਗਰ ਇਹੀ ਗੱਲ ਹੈ ਤਾਂ ਫਿਰ ਬਿਆਸ ਵਿੱਚ ਵੀ ਹਟਾਉਣੇ ਚਾਹੀਦੇ ਸੀਗੇ। ਬਿਆਸ ਆਲਸੋ ਕਮਸ ਡਾਊਨ ਫਰੋਮ ਹਿਮਾਚਲ ਪ੍ਰਦੇਸ਼, ਬਾਰਿਸ਼ ਹਿਮਾਚਲ ਵਿੱਚ ਰਾਈਟ ਅਕਰੋਸ ਮਨਾਲੀ ਤੋਂ ਲੈ ਕੇ ਅਤੇ ਦੂਜੇ ਸਿਰੇ ਤੱਕ ਸ਼ਿਮਲਾ ਪੌਂਟਾ ਸਾਹਿਬ ਤੱਕ ਉਹੀ ਬਾਰਿਸ਼ ਹੋਈ ਹੈ ਜੋ, ਇਹ ਤਾਂ ਹੈ ਨਹੀਂ ਗਾ ਕਿ ਪੋਕਿਟਸ ਵਿੱਚ ਬਾਰਿਸ਼ ਹੋਈ ਹੈ। ਅਤੇ ਜੇ ਸਤਲੁਜ ਨੇ ਇਹ ਕਹਿਰ ਮਚਾਇਆ ਵਾ 6 ਨਦੀਆਂ ਕਰਕੇ ਜਿਹੜੀਆਂ ਡਾਇਰੈਕਟਲੀ ਪਹਾੜਾਂ 'ਚੋਂ ਫਲੋ ਕਰਕੇ ਸਤਲੁਜ ਦਰਿਆ 'ਚ ਆਉਂਦੀਆਂ ਅਤੇ ਫਿਰ ਬਿਆਸ ਦਰਿਆ ਦੇ ਵਿੱਚ ਵੀ ਕਹਿਰ ਹੋਣਾ ਚਾਹੀਦਾ ਸੀਗਾ। ਮੇਰਾ ਇਲਾਕਾ ਭੁਲੱਥ ਜਿਹੜਾ ਵਾ ਉਹ ਘੱਟੋ ਘੱਟ ਨਹੀਂ ਤਾਂ 40 ਕਿਲੋਮੀਟਰ ਬਿਆਸ ਦਰਿਆ ਦੇ ਨਾਲ ਲੱਗਦਾ ਵਾ, ਪਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਫਸਲਾਂ ਦਾ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਮੈਂ ਸ਼ਾਹਕੋਟ ਵਿਜ਼ਿਟ ਕੀਤਾ ਸੀਗਾ। ਸਾਡਾ ਇਹ ਮੰਨਣਾ ਵਾ ਕਿ ਇਹ BBMP ਨੇ ਇੱਕ ਸਾਜਿਸ਼ ਦੇ ਤਹਿਤ, ਜਦ ਤਾਂ ਪੰਜਾਬ ਦਾ ਪਾਣੀ ਸਾਡੇ ਦਰਿਆਵਾਂ ਦਾ ਦੇਣਾ ਹੁੰਦਾ ਉਹ ਤਾਂ ਹਰਿਆਣੇ ਅਤੇ ਰਾਜਸਥਾਨ ਨੂੰ ਦੇ ਦਿੰਦੇ ਨੇ, ਜਦੋਂ ਵਾਟਰ ਲੈਵਲ ਇਨਕਰੀਜ਼ ਹੋ ਰਿਹਾ ਸੀ ਭਾਖੜਾ ਦਾ, ਇਹਨਾਂ ਨੇ ਅਚਾਨਕ ਵਿਦਆਊਟ ਐਨੀ ਨੋਟਿਸ ਟੂ ਦਾ ਪੀਪਲ ਆਫ ਪੰਜਾਬ ਜਿਸ ਢੰਗ ਦੇ ਨਾਲ ਐਡੇ ਵੱਡੇ ਪੱਧਰ ਦੇ ਉੱਤੇ ਪਾਣੀ ਛੱਡਿਆ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ। ਗੌਰਮੈਂਟ ਇਹਨੂੰ 1700 ਕਰੋੜ 'ਤੇ ਪੇਕ ਕਰਦੀ ਹੈ, ਗਲਤ ਕਹਿੰਦੀ ਹੈ। ਗੌਰਮੈਂਟ ਕਹਿੰਦੀ ਆ ਸਿਰਫ 30 ਪਿੰਡਾਂ ਦਾ ਨੁਕਸਾਨ ਹੋਇਆ, 10,000 ਏਕੜ ਫਸਲ ਖਰਾਬ ਹੋਈ ਆ, ਐਬਸੋਲੂਟਲੀ ਟ੍ਰੈਸ਼, ਲੱਖਾਂ ਏਕੜਾਂ ਦਾ ਨੁਕਸਾਨ ਹੋਇਆ ਵਾ, ਮਾਲ ਡੰਗਰ ਲੋਕਾਂ ਦੇ ਬੇਤਹਾਸ਼ਾ ਖਰਾਬ ਹੋਏ ਨੇ। ਸ਼ਾਹਕੋਟ ਵਿੱਚ ਅੱਜ ਵੀ ਕੁਛ ਸਪੋਟਸ 'ਤੇ 20-20 ਫੁੱਟ ਪਾਣੀ ਸੀਗਾ, ਜੋ ਮੈਂ ਅੱਜ ਤੋਂ 3 ਦਿਨ ਪਹਿਲਾਂ ਗਿਆ ਵਾਂ, 10-15 ਫੁੱਟ ਪਾਣੀ ਲਗਾਤਾਰ ਔਰ ਲਗਾਤਾਰ ਚੱਲ ਰਿਹਾ ਵਾ। ਔਰ ਇਹਦੇ ਪਿੱਛੇ ਮੈਂ ਸਮਝਦਾ ਕਿ
अगर बीबीएमपी ने वाटर रिलीज करना ही सीखा कि खतरा हो रहा 1685 फुट से दे शुड हैव डन इट वेल इन टाइम जदों तक पंजाब के लोगों को फसलों की लोड़ सी पानी की मई के महीने जून के महीने तैयारी करनी सी झोने की तो दूसरिया फसलों के पालन वास्ते पानी चाहिए सारिया नहर खाली सी मतलब जिन्निया डिस्ट्रीब्यूटरी सरहद कनाल दियाँ बठिंडा कनाल ईस्टर्न कनाल लादोके कनाल जिन्ने सारा UBDC माझे का सारा बिस्तवा टोटल पानी जिहड़ा नहर का पंजाब का जिहड़ा खाली सीगा ते जिहड़ा पानी बदकिस्मती नाल BBMP ने छड़िया भी मई तो लैके कोई 25 दिन लगातार पानी छड़िया वह सारा पानी पाकिस्तान पानी देता पंजाब दी नहरां नूं पानी नहीं दिता साडा वाटर टेबल रिचार्ज हो सकता सी उहदे वास्ते पानी नहीं रिलीज़ किया गया वह सारा हरिके हेडवर्क्स तो अनफॉर्चुनेटली कैप्टन अमरिंदर सिंह डिड नॉट पे हीड वह सारा 60 to 70,000 क्यूसिक पानी सारा उस वक्त वह पाकिस्तान में चले गया असी पाकिस्तान के मैं पानी देने के खिलाफ नहीं इंडस वाटर ट्रीटी का बेसन का हिस्सा वा उन्होंने जाना वा पानी पर पहला पंजाब अपनिया नहर भर लेंदा अज भी नहर खाली ने माइंड यू बठिंडा कनाल ईस्टर्न कनाल कुछ नहर पंजाब दिया शायद लुधियाने तो नेड़े कुछ नहर अज भी खाली ने बट ये जरा सारा होया वा ये BBMP के पानी छड़न के नाल ही होया वा और जिस ढंग के नाल इस तों अलावा हाँ मेरे को एक चार्ट है जिहड़ा पानी प्यास सतलुज लिंक के राही इन्होंने साढ़े भाखड़ा विच इस कनाल विच छड़िया डेट वाइज मेरे को जिहड़ा डाइवर्जन की इन्होंने इस पोंग डैम का डेंजर लैवल है 1390 फुट 17, 18, 19, 20, 21 अगस्त का डाटा मेरे को मैं दे भी दूंगा ये किस तरह पोंग डैम का पानी जिहड़ा पावर जनरेशन लिए यूज हुंदा उस तो उन्होंने ब्यास ते सतलुज लिंक जिहड़ा उपर बनया होया लगभग 9000 क्यूसिक पानी डेली का एक मिनट जी मैं कंप्लीट कर लिया बात कर लियो पंडो डैम ने पोंग डैम के रिजर्वायर का जिहड़ा है ना जी खतरा चलो पंडो एक मिनट जी कंप्लीट कर लें दो ये तकरीबन 8 तो लेके आया 12 दे विच भी आया 8000, 9000, 7000 क्यूसिक पानी ब्यास सतलुज लिंक तो करके फिर दोबारा इसे ही सतलुज दरिया दे विच भाखड़ा रिजर्वायर दे जरिए पंजाब दे विच छड्या गया घट्टो घट्ट वह बचा सकते सीगे इसलिए यह जिहड़ा सारा कुछ किया गया वा यह एक किस्म की गिनी मिठी साजिश के तहत होया वा और एडा वड्डा नुकसान जिहड़ा किया गया पंजाब का इहदी भरपाई होनी चाहिए है कैप्टन अमरिंदर सिंह एरियल सर्वे करके मुड़े आए ने यह तो शुक्र करो कि पंजाब के आवाम ने पंजाब दीआं संस्थावां ने आप मुहारे उत्थे लोकां तक हर किस्म की इमदाद पहुँचाती पानी पहुँचाता लंगर पहुँचाता माल लंगर दी चारा पहुँचाता कपड़े लिता सब कुछ पहुँचाता इनफैक्ट VIPs दी अमरिंदर सिंह दी विजिट इंपेडिमेंट सीगा जिदने गए ने उदों उत्थे सारे राहत कार जिहड़े रोक दिते गए सारे बैरीकेड्स ला दिते गए पुलिस ने लोगों नूं उत्थे किया इस दे नाल नाल SGPC दा अटल फेलियर है SGPC जो साडे पुरखियां ने पूर्वजां ने कुर्बानियां दे के एक कौमी संस्था खड़ी कीती सी सरबत दे भले वास्ते अज उहदी बहुत लोड़ सीगी लेकिन SGPC किते नहीं पहुँच सकी कल्ली SGPC जिहदा अज कागज़ां च 1100 करोड़ का बजट है हालांकि बजट कई गुणा ज़्यादा होना चाहिए एक कल्ली इस फ्लड सिचुएशन हैंडल कर सकती सीगी उहदे लागे लागे शाहकोट सुल्तानपुर लोधी कपूरथला आनंदपुर साहब रोपड़ ये सारिया के लागे इतिहासिक गुरद्वारा साहब जिहड़े कि हैंडल कर सकते लेकिन अनफॉर्चुनेटली होया नहीं ये नाल ही कनैक्टेड आने वाला SYL का फैसला है कहिंदे जी हरियाणा पंजाब टेबल पर बैठ के गल करते जे टेबल वाला डिस्प्यूट हुंदा ते फिर तो अज तो कई दहाके पहले मुक जाना चाहिए फिर अदालतों में क्यों गया ट्रिब्यूनल क्यों बने सुप्रीम कोर्ट तक क्यों गया साडा यह मनना वा कि सारा एक जस्ट आई वॉश है सितंबर के महीने में एक तयशुदा फैसला सुप्रीम कोर्ट पंजाब के खिलाफ देवेगा तो पंजाब के पानी को खोण की तैयारी की जाएगी और वो कड़ी जुड़ती है जो हाल ही के लोग सभा के इंटरस्टेट वाटर डिस्प्यूट बिल पास किया गया 2019 जिदे उन्होंने सारे ट्रिब्यूनल स्क्रैप करते जोड़े स्टेटा के झगड़े चलते थे जिसे विशेष तौर पर आई थिंक क्लॉज 14 में मैनशन किया गया जो रावी ब्यास का डिस्प्यूट है पंजाब का
ਉਹ ਟ੍ਰਿਬਿਊਨਲ ਵੀ ਸਕ੍ਰੈਪ ਸਮਝਿਆ ਜਾਵੇ, ਸਾਰੇ ਅਧਿਕਾਰ ਕੇਂਦਰ ਸਰਕਾਰ ਨੇ ਆਪਣੇ ਕੋਲ ਕੇਂਦਰਿਤ ਕਰ ਲਏ ਨੇ ਔਰ ਸਾਡੇ ਭਵਿੱਖ ਦਾ ਫੈਸਲਾ ਜਿੱਦਾਂ ਪਹਿਲਾਂ ਪਾਣੀਆਂ ਦਾ ਰੀਓਰਗਨਾਈਜੇਸ਼ਨ ਵੇਲੇ ਐਬਸੋਲੂਟਲੀ ਯੂਨੀਲੈਟਰਲ ਆਰਬਿਟਰੇਰੀ ਫੈਸਲਾ ਕਰਕੇ ਪੰਜਾਬ ਦੇ ਪਾਣੀ ਖੋਲ੍ਹੇ ਪੰਜਾਬ ਤੋਂ, ਇਸ ਦੀ ਦੂਜੀ ਤਿਆਰੀ ਜਿਹੜੀ ਹੈਗੀ ਆ ਉਹ ਕੇਂਦਰ ਦੀ ਸਰਕਾਰ ਹੁਣ ਇਸ ਬਿੱਲ ਦੇ ਰਾਹੀਂ ਕਰ ਰਹੀ ਹੈ। ਔਰ ਦੁਖਦਾਈ ਗੱਲ ਹੈ ਕਿ 13 ਪੰਜਾਬ ਦੇ MP ਔਰ ਹੋਰ ਵੀ ਦੁਖਦਾਈ ਗੱਲ ਹੈ ਕਿ ਅਖੌਤੀ ਅਕਾਲੀ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਕਿ ਅਸੀਂ ਪੰਜਾਬ ਦੇ ਹਿਤੈਸ਼ੀ, ਇਹ ਵਿੱਚ ਸ਼ਾਮਿਲ ਸੀਗੇ, ਇਹਨਾਂ ਦੀ ਮਰਜ਼ੀ ਦੇ ਨਾਲ ਬਿੱਲ ਪਾਸ ਹੋਇਆ ਔਰ ਉਸ ਤੋਂ ਬਾਅਦ ਇਹਨਾਂ ਨੇ ਡਰਾਮਾ ਕਰਕੇ ਕਿ ਅਸੀਂ ਮਿੰਨਤਾਂ ਕੀਤੀਆਂ, ਅਸੀਂ ਵਾਟਰ ਰਿਸੋਰਸ ਮਿਨਿਸਟਰ ਕੋਲ ਜਾ ਕੇ ਅਸੀਂ ਇਸ ਬਿੱਲ ਨੂੰ ਰਾਜ ਸਭਾ ਤੋਂ ਜਾਣ ਤੋਂ ਰੋਕ ਦਿੱਤਾ ਵਾ, ਪਰ ਪਹਿਲਾਂ ਲੋਕ ਸਭਾ ਦੇ ਵਿੱਚ ਪਾਸ ਕਰਨ ਵਿੱਚ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਅਹਿਮ ਹੱਥ ਸੀਗਾ। ਇਹ ਸਖ਼ਤ ਨਿੰਦਣਯੋਗ ਤੇ ਆਉਣ ਵਾਲੇ ਸਮੇਂ ਦੇ ਖਤਰੇ ਦੀਆਂ ਘੰਟੀਆਂ ਨੇ। ਮੈਨੂੰ ਨਹੀਂ ਲੱਗਦਾ ਕਿ ਜਿਹੜੇ ਅਕਾਲੀ 370 ਤੇ, ਜਿਹੜੇ ਅਕਾਲੀ ਸਾਰੀ ਜ਼ਿੰਦਗੀ ਵੱਧ ਅਧਿਕਾਰਾਂ ਦੀ ਗੱਲ ਕਰਦੇ ਰਹੇ, ਅਨੰਦਪੁਰ ਸਾਹਿਬ ਦੇ ਮੁੱਦੇ ਦੀ ਗੱਲ ਕਰਦੇ ਰਹੇ, ਫੈਡਰਲ ਢਾਂਚੇ ਦੀ ਗੱਲ ਕਰਦੇ ਰਹੇ, ਉਹਨਾਂ ਅਕਾਲੀਆਂ ਨੂੰ ਸ਼ਰਮ ਨਾਲ ਆਪਣਾ ਸਿਰ ਨੀਵਾਂ ਕਰ ਲੈਣਾ ਚਾਹੀਦਾ। ਜਦੋਂ ਜੰਮੂ ਕਸ਼ਮੀਰ ਦਾ 370 ਦਾ ਬਿੱਲ ਪਾਸ ਕੀਤਾ ਗਿਆ, ਉਹਦੇ ਹਕੂਕ ਖੋਏ ਗਏ, ਸਟੇਟਹੁੱਡ ਖੋਇਆ ਗਿਆ, ਦੋ ਟੋਟੇ ਕਰ ਦਿੱਤੇ ਗਏ, UT ਬਣਾ ਦਿੱਤਾ, ਇਹ ਅਕਾਲੀ ਜਿਹੜੇ ਇਹਨਾਂ ਨੇ ਜਿਹੜੀ ਉਹਦੀ ਸਪੋਰਟ ਕੀਤੀ ਹੈ, ਇਹਨਾਂ ਨੇ ਸਾਰਾ ਆਪਣਾ ਜਿਹੜਾ 80 ਸਾਲ ਦਾ 70 ਸਾਲ ਦਾ ਬਾਦਲ ਦਾ ਸੰਘਰਸ਼ ਦਾ ਜੀਵਨ ਸੀਗਾ, ਇਹਦਾ ਮਤਲਬ ਉਹ ਸਾਰਾ ਡਰਾਮਾ ਸੀਗਾ। ਔਰ ਬਾਦਲ ਸਾਹਿਬ ਅੱਜ ਤੱਕ ਵੱਡੇ, ਚਲੋ ਛੋਟੇ ਨੂੰ ਤਾਂ ਅਸੀਂ ਸਮਝਦੇ ਕਿ ਇਹਨੂੰ ਇਲਮ ਘੱਟ ਆ, ਇਹਨੂੰ ਜਾਣਕਾਰੀ ਘੱਟ ਆ, ਵੱਡੇ ਬਾਦਲ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਉਹਦੇ 'ਤੇ ਖੋਲ੍ਹਿਆ। ਇਹਦਾ ਮਤਲਬ ਸਾਰਾ ਫਰੋਡ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ, ਮੋਰਚੇ ਲੋਕਾਂ ਦੇ ਪੁੱਤ ਧੀ ਮਰਵਾਏ ਨੇ, ਪੰਜਾਬ ਦੇ ਹਾਲਾਤ ਖਰਾਬ ਕੀਤੇ, ਅਤੇ ਅੱਜ ਇਹਨਾਂ ਨੇ ਉਸ 370 ਦੇ ਵਿਡਰੋਲ 'ਤੇ ਜਿਹੜੀ ਸਪੋਰਟ ਕੀਤੀ ਆ ਉਹ ਅਕਾਲੀ ਦਲ ਲਈ ਬਹੁਤ ਜ਼ਿਆਦਾ ਨਿੰਦਣਯੋਗ ਅਤੇ ਬਹੁਤ ਜ਼ਿਆਦਾ ਸ਼ਰਮਨਾਕ ਘਟਨਾ ਵਾ। ਸੁਬਰਾਮਨੀਅਮ ਸਵਾਮੀ, ਇਹ ਸਾਰਾ ਕੁਛ ਕੜੀ 'ਚ ਹੋ ਰਿਹਾ ਵਾ, ਤੁਸੀਂ ਯੂ ਕੈਨੋਟ ਸੀ ਐਨੀਥਿੰਗ ਇਨ ਆਈਸੋਲੇਸ਼ਨ। BJP ਦੇ ਮੈਂਬਰ ਪਾਰਲੀਮੈਂਟ ਸੁਬਰਾਮਨੀਅਮ ਸਵਾਮੀ ਦਾ ਚੰਡੀਗੜ੍ਹ ਵਿੱਚ ਆਣ ਕੇ ਇੱਕ ਸਮਾਗਮ ਅਟੈਂਡ ਕਰਕੇ ਪ੍ਰੈਸ ਨੂੰ ਇਹ ਕਹਿਣਾ ਕਿ ਕਰਤਾਰਪੁਰ ਦਾ ਲਾਂਘਾ ਬੰਦ ਕੀਤਾ ਜਾਣਾ ਚਾਹੀਦਾ, ਅਤੇ ਨਾਲ ਬਿਠਾਏ ਸੀਗੇ ਸੁਖਬੀਰ ਸਿੰਘ ਬਾਦਲ ਦੇ ਚਹੇਤੇ DGP ਸੁਮੇਧ ਸਿੰਘ ਸੈਣੀ, ਜਿਨ੍ਹਾਂ ਦਾ ਬਰਗਾੜੀ ਦੇ ਬੇਅਦਬੀਆਂ ਦੇ ਵਿੱਚ ਵੱਡਾ ਮੁੱਖ ਦੋਸ਼ੀਆਂ ਵਿੱਚੋਂ ਨੇ। ਇਹ ਲੋਕ ਕਹਿ ਰਹੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕੀਤਾ ਜਾਣਾ ਚਾਹੀਦਾ। ਔਰ ਅਨਫੋਰਚੁਨੇਟਲੀ ਅਗੇਨ ਹੇਅਰ ਕੈਪਟਨ ਅਮਰਿੰਦਰ ਸਿੰਘ ਇਜ਼ ਪਲੇਇੰਗ ਦੀ ਗੇਮ ਆਫ BJP ਔਰ ਉਹ ਇਹਨਾਂ ਨੂੰ ਵੀ ਘੁਆਉਂਦੇ ਆ ਕਿ ਪਾਕਿਸਤਾਨ ਨੂੰ ਮੈਂ ਤਾੜਨਾ ਕਰਦਾ, ਪਾਕਿਸਤਾਨ ਕੋਰੀਡੋਰ ਬੰਦ ਨਾ ਕਰੇ। ਪਾਕਿਸਤਾਨ ਤਾਂ 90% ਕੋਰੀਡੋਰ ਬਣਾ ਚੁੱਕਾ ਵਾ, ਪਾਕਿਸਤਾਨ ਦੀ ਤਾਂ ਵਾਰ ਫੁਟਿੰਗ ਦੇ ਉੱਤੇ ਤਿਆਰੀ ਹੈ। ਪਾਕਿਸਤਾਨ ਨੇ ਕੈਟੇਗੋਰਿਕਲੀ, ਉਹਨਾਂ ਦੇ ਫੋਰਨ ਅਫੇਅਰਸ ਮਿਨਿਸਟਰ ਨੇ ਕਿਹਾ ਕਿ ਅਸੀਂ ਲਾਂਘਾ ਟਾਈਮ ਸਿਰ ਕੰਪਲੀਟ ਕਰਾਂਗੇ, 11 ਸਪਟੈਂਬਰ ਨੂੰ ਉਹਦੀ ਇਨੋਗਰੇਸ਼ਨ ਆ। ਲੇਕਿਨ ਪੰਜਾਬ ਦੇ ਹਿੱਸੇ ਦੇ ਵਿੱਚ ਲਾਂਘੇ ਦਾ ਕੰਮ ਬਹੁਤ ਸਲੋ ਚੱਲ ਰਿਹਾ ਵਾ। ਸਾਡਾ ਖਦਸ਼ਾ ਵਾ ਕਿ ਗੁਰੂ ਸਾਹਿਬ ਦੇ 550 ਵਰੇ ਦੀ ਸੈਲੀਬ੍ਰੇਸ਼ਨ ਤੋਂ ਪਹਿਲਾਂ ਲਾਂਘਾ ਵੀ ਬੰਦ ਕੀਤਾ ਜਾਵੇਗਾ, ਡੈਫੀਨੇਟਲੀ ਬੰਦ ਕੀਤਾ ਜਾਵੇਗਾ। ਇਹ ਸਾਰਾ ਕੁਛ ਇੱਕ ਕੌਨਸਪਰੇਸੀ ਦੇ ਤਹਿਤ ਪੰਜਾਬ ਦੇ ਖਿਲਾਫ ਇੱਕ ਜਾਲ ਬੁਣਿਆ ਜਾ ਰਿਹਾ ਵਾ, ਜਿਸ ਤਰ੍ਹਾਂ ਕਸ਼ਮੀਰ ਦੇ ਨਾਲ ਇੱਕ ਜਾਲ ਬੁਣ ਕੇ ਉਹਨਾਂ ਦਾ ਘਾਂਡ ਕੀਤਾ ਗਿਆ। ਨਾਲ ਹੀ ਤੁਸੀਂ ਦੇਖ ਲਓ ਸੋਮ ਪ੍ਰਕਾਸ਼ ਸੈਨੇਟ ਦੀ ਮੀਟਿੰਗ ਅਟੈਂਡ ਕਰਦੇ ਆ ਸ਼ਾਇਦ 22 ਅਗਸਤ ਚੰਡੀਗੜ੍ਹ, ਉਹ ਪੰਜਾਬ ਯੂਨੀਵਰਸਿਟੀ ਜਿਹੜੀ ਕਿ ਆਟੋਨਮਸ ਬੋਡੀ ਆ, ਜਿਹਦੇ 'ਤੇ ਪੰਜਾਬ ਦਾ ਅਧਿਕਾਰ ਆ, ਜਿਹੜੀ ਪੰਜਾਬ ਸਰਕਾਰ ਦੇ ਪੈਸੇ ਦੇ ਨਾਲ ਚੱਲਦੀ ਆ। BJP ਦੇ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਇਹਦੀ ਵੀ ਰਿਸਟ੍ਰਕਚਰਿੰਗ ਕਰ ਸਕਦੇ ਹਾਂ, ਜੇ ਅਸੀਂ ਆਰਟੀਕਲ 370 ਨੂੰ ਉਡਾ ਸਕਦੇ ਹਾਂ ਜੰਮੂ ਕਸ਼ਮੀਰ ਵਿੱਚ, ਅਸੀਂ ਤੁਹਾਡੇ ਕੋਲੋਂ ਯੂਨੀਵਰਸਿਟੀ ਵੀ ਖੋ ਸਕਦੇ ਹਾਂ। ਦੂਜੇ ਸ਼ਬਦਾਂ ਵਿੱਚ ਕਹਿਣ ਦਾ ਮਤਲਬ ਉਹਦਾ ਇਹ ਸੀਗਾ। ਸੋ ਮੈਂ ਸਾਰੇ ਸਮੂਹ ਪੰਜਾਬ ਦੇ ਲੋਕਾਂ ਨੂੰ, ਰਾਈਟ ਥਿੰਕਿੰਗ ਪੀਪਲ ਅਕਰੋਸ ਦ ਨੇਸ਼ਨ ਐਂਡ ਗੁਰੂ ਨਾਨਕ ਨਾਮ ਲੇਵਾ ਨੂੰ ਮੈਂ ਇਹ ਵਾਰਨ ਕਰਨਾ ਚਾਹੁੰਦਾ ਵਾਂ, ਜੋ ਇੱਕ ਵੱਡੀ ਸਾਜਿਸ਼ ਪੰਜਾਬ ਦੇ ਖਿਲਾਫ ਹੋਣੀ ਜਾ ਰਹੀ ਆ, ਲਾਮਬੰਦ ਹੋ ਜਾਓ, ਬਚ ਜਾਓ, ਵਰਨਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਮੁੱਢਲੇ ਹਕੂਕ, ਬੇਸਿਕ ਰਾਈਟਸ, ਲਾਈਕ ਦੇ ਹੈਵ ਬੀਨ ਸਨੈਚ ਨੋਟ ਓਨਲੀ ਇਨ ਕਸ਼ਮੀਰ, ਈਵਨ NDTV ਇਜ਼ ਫੇਸਿੰਗ ਦੀ ਰੈਥ ਆਫ ਦਿਸ ਗਵਰਨਮੈਂਟ। ਮੋਸਟ ਬੈਲੈਂਸਡ ਟੈਲੀਵਿਜ਼ਨ ਚੈਨਲ, ਮੋਸਟ ਵਾਟ ਸ਼ੁਡ ਆਈ ਸੇ ਨਿਊਟਰਲ ਪੀਪਲ, ਪ੍ਰਣੋਏ ਰੋਏ ਇੱਕ ਪੁਰਾਣਾ ਜਾਣਿਆ ਮਾਣਿਆ ਪਿਛਲੇ ਕਈ ਦਹਾਕਿਆਂ ਦਾ ਇੱਕ ਬੜਾ ਹੀ ਫੇਅਰ ਜਰਨਲਿਸਟ, ਔਰ ਉਹਨਾਂ ਦੀ ਟੀਮ ਆਫ ਜਰਨਲਿਜ਼ਮ ਜਿਹੜੇ ਜਿੰਨੇ, ਚਾਹੇ ਰਾਵੀਸ਼ ਕੁਮਾਰ ਹੈ ਚਾਹੇ ਹੋਰ ਲੋਕ ਨੇ,
ਸਾਰੇ ਬੜੇ ਫੇਅਰਨੈਸ ਨਾਲ ਰਿਪੋਰਟ ਕਰਦੇ ਨੇ, ਲੇਕਿਨ ਉਹਨਾਂ ਦਾ ਵੀ ਮੂੰਹ ਬੰਦ ਕਰਾਉਣ ਵਾਸਤੇ, ਉਹਨਾਂ ਦੀ ਆਵਾਜ਼ ਨੂੰ ਮਜ਼ਲ ਕਰਨ ਵਾਸਤੇ ਉਹਨਾਂ ਦੇ ਪਰਚੇ ਦਰਜ ਕੀਤੇ ਗਏ ਨੇ। ਚਿਦੰਬਰਮ ਦੀ ਅਰੈਸਟ, ਦ ਵੇ ਹੀ ਵਾਜ਼ ਅਰੈਸਟਡ, ਵੀ ਆਰ ਹੇਅਰ ਟੂ ਕੰਡੈਮ ਦੈਟ ਅਰੈਸਟ। ਮਤਲਬ ਇੱਕ ਆਦਮੀ, ਭਾਵਾਂ ਕਿ ਕਾਂਗਰਸ ਨਾਲ ਸਾਡੇ ਵਿਚਾਰਧਾਰਕ ਮਤਭੇਦ ਨੇ, ਲੇਕਿਨ ਇੱਕ ਆਦਮੀ ਹੋਮ ਮਿਨਿਸਟਰ ਰਿਹਾ ਵਾ, ਇੱਕ ਆਦਮੀ ਫਾਈਨੈਂਸ ਮਿਨਿਸਟਰ ਰਿਹਾ ਵਾ, ਇੱਕ ਆਦਮੀ ਰਾਜ ਸਭਾ ਦਾ ਐਮ ਪੀ ਹੈ, ਇੱਕ ਐਮੀਨੈਂਟ ਸਭ ਤੋਂ ਵੱਡਾ ਵਕੀਲ ਹੈ ਇਸ ਦੇਸ਼ ਦਾ, ਵਨ ਟੋਪ 10 ਬ੍ਰੈਕਟ ਵਿੱਚ ਚਿਦੰਬਰਮ ਦਾ ਨਾਮ ਆਉਂਦਾ, ਕੰਧਾਂ ਟੱਪ ਕੇ ਬਦਮਾਸ਼ਾਂ ਵਾਂਗੂ, ਗੁੰਡਿਆਂ ਵਾਂਗੂ ਬਦਮਾਸ਼ੀ ਕਰਕੇ ਤੁਸੀਂ ਇੱਦਾਂ ਬੰਦੇ ਚੱਕੋਗੇ? ਉੱਠ ਦੀ ਗਵਰਨਮੈਂਟ ਆਫ ਇੰਡੀਆ ਜਸਟ ਨਾਟ ਵੇਟ ਫੋਰ 3-4 ਡੇਜ਼, ਅਲਾਓ ਦਾ ਸੁਪਰੀਮ ਕੋਰਟ ਟੂ ਹੈਵ ਫਿਰ ਐਡਜੂਡੀਕੇਸ਼ਨ। ਕਿੰਨੀ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਸੀਗੀ? ਜੇ ਕਹਿੰਦੇ ਸਾਡੇ ਕੋਲ ਉਹਦੇ ਖਿਲਾਫ਼ ਸਬੂਤ ਹੈ ਤਾਂ ਪੇਸ਼ ਕਰ ਦਿਓ ਅਦਾਲਤ ਵਿੱਚ ਵੀ। ਜਿਸ ਢੰਗ ਦੇ ਨਾਲ ਉਹਨੂੰ ਅਰੈਸਟ ਕੀਤਾ ਗਿਆ, ਇਕੱਲੇ ਉਸ ਨੂੰ ਨਹੀਂ, ਇੰਦਰਾ ਜੈ ਸਿੰਘ ਦੀ ਆਵਾਜ਼ ਬੰਦ ਕੀਤੀ ਗਈ, ਹਿਊਮਨ ਰਾਈਟਸ ਦੇ ਜਿੰਨੇ ਬੋਲਣ ਵਾਲੇ ਲੋਕ ਨੇ, ਸੀ ਬੀ ਆਈ, ਪਹਿਲਾਂ ਬੀਜੇਪੀ ਕਹਿੰਦੀ ਹੁੰਦੀ ਸੀਗੀ ਕਿ ਇਟਸ ਅ ਕੇਜਡ ਪੈਰਟ ਆਫ ਦ ਕਾਂਗਰਸ, ਪਿੰਜਰੇ ਦਾ ਤੋਤਾ ਰੱਖਿਆ ਹੋਇਆ, ਅਤੇ ਇਹਨਾਂ ਨੇ ਤਾਂ ਉਹ ਸਾਰੇ ਰਿਕਾਰਡ ਤੋੜ ਦਿੱਤੇ ਆ। ਕਾਂਗਰਸ ਨੇ ਤਾਂ ਫਿਰ ਵੀ ਮਿਸਯੂਜ਼ ਕੀਤੀ ਵੀ ਏ ਸੀ ਬੀ ਆਈ, ਲੇਕਿਨ ਫਿਰ ਵੀ ਕੁਛ ਸ਼ਰਮ ਰੱਖਦੇ ਸੀਗੇ, ਦੇ ਵਰ ਨੋਟ ਬਲੇਟੈਂਟਲੀ ਮਿਸਯੂਜ਼ਿੰਗ ਸੀ ਬੀ ਆਈ, ਲੇਕਿਨ ਇਨ ਦਿਸ ਕੇਸ ਸੀ ਬੀ ਆਈ ਇਜ਼ ਟੋਟਲੀ ਉਹਨਾਂ ਦਾ ਇੱਕ ਵਿੰਗ ਬਣ ਕੇ, ਜਿੱਦਾਂ ਏ ਬੀ ਵੀ ਪੀ ਆ, ਇੱਕ ਵਿੰਗ ਬਣ ਕੇ ਸੀ ਬੀ ਆਈ ਜਿਹੜੀ ਕੰਮ ਕਰਦੀ ਹੈ, ਦੇਸ਼ ਲਈ ਬਹੁਤ ਖਤਰਨਾਕ ਅਤੇ ਮਾੜੇ ਰੁਝਾਨ ਨੇ, ਇਹਦਾ ਕੋਈ ਫਾਇਦਾ ਨਹੀਂ ਹੋਵੇਗਾ ਇਨ ਦ ਲੋਂਗ ਰਨ। ਔਰ ਜਿੰਨੇ ਲੋਕਾਂ ਨੇ ਦੰਗੇ ਕੀਤੇ ਪਿਛਲੇ 10 ਸਾਲਾਂ 'ਚ, ਚਾਹੇ ਉਹ ਬੈਸਟ ਬੇਕਰੀ ਕਾਂਡ ਆ, ਚਾਹੇ ਉਹ ਮੁਜ਼ੱਫਰਨਗਰ ਆ, ਚਾਹੇ ਉਹ ਮੇਰਠ ਆ, ਚਾਹੇ ਉਹ ਬੁਲੰਦਸ਼ਹਿਰ ਆ, ਚਾਹੇ ਉਹ ਪਹਿਲੂ ਖਾਨ ਆ, ਸਾਰਿਆਂ 'ਚ ਦੋਸ਼ੀਆਂ ਨੂੰ ਬੀਜੇਪੀ ਦੀ ਗਵਰਨਮੈਂਟ ਹੈਜ਼ ਇਨਸ਼ੋਰਡ ਕਿ ਇਹਨਾਂ ਸਾਰਿਆਂ ਨੂੰ ਅਸੀਂ ਛਡਾਇਆ ਵਾ, ਔਰ ਛਡਾ ਕੇ ਮੈਸੇਜ ਇਹ ਦਿੱਤਾ ਕਿ ਦੱਬ ਕੇ ਦੰਗੇ ਕਰੋ, ਦੱਬ ਕੇ ਕੁੱਟਮਾਰ ਕਰੋ। ਕੱਲ੍ਹ ਜਿਹੜਾ ਬੁਲੰਦਸ਼ਹਿਰ ਦੇ ਵਿੱਚ ਇੰਸਪੈਕਟਰ ਦੇ ਕਾਤਲ ਇੱਕ ਬੀਜੇਪੀ ਦੇ ਯੂਥ ਵਿੰਗ ਦੇ ਆਗੂ ਨੂੰ ਛੱਡਿਆ ਗਿਆ, ਉਹਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ, ਕਿਸੇ ਨੇ ਅੱਜ ਤੱਕ ਕੰਡੈਮ ਨਹੀਂ ਕੀਤਾ, ਉਹਦੇ ਹਾਰ ਪਾ ਕੇ ਢੋਲ ਨਾਲ ਧਮੱਕਿਆਂ ਦੇ ਨਾਲ ਸਵਾਗਤ ਕੀਤਾ ਗਿਆ। ਇਹ ਕਿੱਧਰ ਨੂੰ ਸਾਡਾ ਦੇਸ਼ ਜਾ ਰਿਹਾ? ਇਹ ਦੇਸ਼ ਸਾਂਝੀਵਾਲਤਾ ਵਾਲਾ ਦੇਸ਼ ਹੈ, ਸਾਰੇ ਧਰਮਾਂ ਦਾ ਆਦਰ ਕਰਨ ਵਾਲਾ ਦੇਸ਼ ਬਣਨਾ ਚਾਹੀਦਾ, ਇਹਦੇ 'ਚ ਮਲਟੀ ਰਿਲੀਜਨ, ਮਲਟੀ ਲਿੰਗੁਅਲ, ਮਲਟੀ ਕਲਚਰਲ ਇਹਦੀ ਆਈਡੈਂਟੀ ਨੂੰ ਬੀਜੇਪੀ ਖਰਾਬ ਕਰ ਰਹੀ ਹੈ ਮਹਿਜ਼ ਥੋੜ੍ਹੀਆਂ ਵੋਟਾਂ ਵਾਸਤੇ। ਆਹ ਜਿਹੜਾ ਕਸ਼ਮੀਰ ਦਾ ਹੈਗਾ, ਇਟਸ ਜਸਟ ਅ ਕਾਰਡ ਮਾਈਂਡ ਯੂ, ਦੇ ਵਾਂਟ ਟੂ ਵਿਨ ਦੀ ਅਪਕਮਿੰਗ ਇਲੈਕਸ਼ਨਸ ਆਫ ਮਹਾਰਾਸ਼ਟਰਾ, ਆਫ ਛੱਤੀਸਗੜ੍ਹ ਐਂਡ ਅਦਰ ਹਰਿਆਣਾ, ਐਂਡ ਸਾਨੂੰ ਕੋਈ ਡਾਊਟ ਨਹੀਂ ਗਾ ਕਿ ਸਾਡੇ 'ਤੇ ਜਿਹੜਾ ਪਾਣੀਆਂ ਦਾ ਵਾਰ ਹੋਵੇਗਾ ਉਹ ਹਰਿਆਣੇ ਦੀ ਇਲੈਕਸ਼ਨ ਨੂੰ ਜਿੱਤਣ ਵਾਸਤੇ ਹੋਵੇਗਾ। ਇਹਦਾ ਕੋਈ ਇਹਨਾਂ ਨੂੰ ਫਾਇਦਾ ਨਹੀਂ ਹੋਵੇਗਾ ਲੋਂਗ ਰਨ ਦੇ ਵਿੱਚ, ਦੇ ਆਰ ਡਿਸਟਰੋਇੰਗ ਦੀ ਬੇਸਿਕ ਫੈਬਰਿਕ ਆਫ ਦਿਸ ਦੀ ਸੈਕੂਲਰ ਫੈਬਰਿਕ ਆਫ ਦਿਸ ਕੰਟਰੀ। ਇਹ ਸਾਰੀਆਂ ਮੈਂ ਬੇਨਤੀਆਂ ਕਰਨੀਆਂ ਸੀਗੀਆਂ, ਮੈਨੂੰ ਉਮੀਦ ਰੱਖਦਾ ਵਾ ਕਿ ਉਹ ਕਰਨਗੇ। ਹੁਣ ਤਾਂ ਕਹਿ ਹੀ ਰਹੇ ਨੇ ਕਿ ਅਗਲੇ ਹਫ਼ਤਾ 10 ਦਿਨ ਲਗਾਤਾਰ ਫਿਰ ਬਾਰਿਸ਼ ਹੈ, ਇਹਦਾ ਮਤਲਬ ਕਿ ਬਾਕੀ ਦਾ ਰਹਿੰਦਾ ਖੁੰਦਾ ਪੰਜਾਬ ਜਿਹੜਾ ਵਾ ਉਹ ਖਤਮ ਹੋ ਜਾਵੇਗਾ। ਔਰ ਤੁਸੀਂ ਬਣ, ਐਵੇਂ ਸੁਖਬੀਰ ਬਾਦਲ ਕਹੀ ਜਾਂਦਾ, ਬਾਦਲ ਸਾਹਿਬ ਨੇ ਤੁਸੀਂ ਬਣਾ ਦਿੱਤੀ, ਕੱਖ ਤੁਸੀਂ ਹੈ ਹੀ ਨਹੀਂ ਗੀ ਉੱਥੇ ਤੁਸੀਂ। ਮੈਂ ਐਮ ਐਲ ਏ ਸੈਕਿੰਡ ਟਰਮ 'ਚ, ਆਈ ਹੈਵ ਬੀਨ ਹੇਅਰਿੰਗ ਦੀਜ ਚੀਫ ਮਿਨਿਸਟਰਸ ਮੇਕਿੰਗ ਟੋਲ ਕਲੇਮਸ ਇਨ ਦਾ ਵਿਧਾਨ ਸਭਾ, ਤੁਸੀਂ ਵੀ ਸਾਰੇ ਪ੍ਰੈਸ ਗੈਲਰੀ 'ਚ ਬੈਠੇ ਆ, ਮੈਨੂੰ ਬਾਦਲ ਸਾਹਿਬ ਦੀ ਉਹ ਸਟੇਟਮੈਂਟ ਚੇਤੇ ਕਿ ਬਸ 2,500 ਕਰੋੜ ਰੁਪਇਆ ਸਾਡੇ ਕੋਲ ਆ ਗਿਆ, ਦਰਿਆਵਾਂ ਦੇ ਰੰਗ ਬਦਲ ਦਿਆਂਗੇ, ਬੁੱਢੇ ਨਾਲੇ ਦਾ ਰੰਗ ਬਦਲ ਦਿਆਂਗੇ, ਨੀਲਾ ਪਾਣੀ ਕਰ ਦਿਆਂਗੇ ਪੰਜਾਬ ਦਾ। ਇਹ ਨੀਲਾ ਦਾ ਕੀ, ਇਹ ਬੁੱਢੇ ਨਾਲੇ ਦਾ ਸ਼ਹਿਰ ਵਿੱਚ ਪਾਣੀ ਨਹੀਂ ਰੋਕ ਸਕੇ। ਮੈਂ ਉੱਥੇ ਵੀ ਵਿਜ਼ਿਟ ਕਰਕੇ ਆਇਆ ਵਾਂ, ਉਸ ਸ਼ਿਵਪੁਰੀ ਮੁਹੱਲੇ ਦੇ ਵਿੱਚ ਸਾਰਾ ਬੁੱਢੇ ਨਾਲੇ ਦਾ ਪਾਣੀ ਬੈਂਕ ਮਾਰ ਕੇ, ਗਲੀਆਂ ਨਾਲੀਆਂ ਲੋਕਾਂ ਦੇ ਘਰਾਂ ਦੇ ਵਿੱਚ ਉਹਨਾਂ ਦਾ ਫਰਨੀਚਰ, ਗਰੀਬ ਆਦਮੀਆਂ ਦਾ ਸਾਰਾ ਖਰਾਬ ਹੋ ਗਿਆ। ਔਰ ਕਾਂਗਰਸ ਗਵਰਨਮੈਂਟ ਵੀ ਆਫਟਨ ਕਲੇਮ ਕਰਦੀ ਕਿ ਇਰੀਗੇਸ਼ਨ ਵਾਸਤੇ ਸਾਡੇ ਕੋਲ ਇੰਨੇ ਫੰਡਸ ਗਵਰਨਮੈਂਟ ਆਫ ਇੰਡੀਆ ਨੇ ਭੇਜਤੇ, ਕਿੱਥੇ ਗਏ ਪੈਸੇ ਉਹ ਸਾਰੇ? ਕੋਈ ਬੰਦ ਸਿਕਿਓਰ ਨਹੀਂ ਗਾ, ਦੇ ਸ਼ੁੱਡ ਹੈਵ, ਇਟ ਇਜ਼ ਵੈਰੀ ਈਜ਼ੀ ਟੂ ਹੈਂਡਲ ਦੀਜ਼ ਰਿਵਰਸ ਮਾਈਂਡ ਯੂ। ਅਗਰ ਤੁਸੀਂ ਵੋਲਿਊਮ ਆਫ ਰਿਵਰਸ ਦੇਖੋਗੇ ਅਤੇ ਡੈਪਥ ਅਤੇ ਵਿਡਥ ਦੇਖੋਗੇ, ਇਕੱਲਾ ਇੰਗਲਿਸ਼ ਚੈਨਲ ਹੀ ਮੈਨੂੰ ਲੱਗਦਾ 40-45 ਕਿਲੋਮੀਟਰ ਆ, ਜਿਹੜਾ ਇੰਗਲੈਂਡ ਅਤੇ ਫਰਾਂਸ ਨੂੰ ਵੰਡਦਾ ਵਾ। ਹਡਸਨ ਰਿਵਰ, ਅਮੈਰੀਕਾ ਦੇ ਵੱਡੇ ਵੱਡੇ ਦਰਿਆ ਜਿਹੜੇ ਨੇ, ਮਿਸੀਸੀਪੀ ਵਗੈਰਾ, ਉਹ ਤਾਂ ਕਈ ਕਿਲੋਮੀਟਰ, ਕਈ ਮੀਲ ਚੌੜੇ ਨੇ। ਜੇ ਉੱਥੇ ਇੱਦਾਂ ਦੀ ਨਲਾਇਕ ਲੀਡਰਸ਼ਿਪ ਹੁੰਦੀ, ਉਹ ਤਾਂ ਸਾਰਾ ਦੇਸ਼ ਹੀ ਤਬਾਹ ਹੋ ਜਾਣਾ ਸੀਗਾ। ਉਹਨਾਂ ਨੇ ਕੈਨਲਾਈਜ਼ ਕੀਤਾ, ਉਹਨਾਂ ਨੇ ਬੰਨ ਮਜ਼ਬੂਤ ਕੀਤੇ। ਇੱਥੇ ਪੰਜਾਬ ਦੇ ਵਿੱਚ ਇਹਨਾਂ ਦੇ, ਇਹ ਬਾਦਲ ਕੈਪਟਨ ਜਾਂ ਕਾਂਗਰਸ ਅਕਾਲੀ ਦਲ ਦੇ ਏਜੰਡੇ 'ਤੇ ਇਹ ਚੀਜ਼ਾਂ ਨਹੀਂ ਗੀਆਂ। ਲੈਟ ਮੀ ਰੀਇਟਰੇਟ, ਇਹ ਸਾਰੇ ਲੋਕਾਂ ਦੇ ਇਸ਼ੂਜ਼ ਉਹਨਾਂ ਦੇ ਏਜੰਡੇ 'ਤੇ ਨਹੀਂ ਗਏ। ਇਹਨਾਂ ਦੇ ਏਜੰਡੇ 'ਤੇ ਪੈਸਾ ਕਿੱਥੋਂ ਬਣਾਉਣਾ ਵਾ, ਕਮਿਸ਼ਨ ਕਿੱਥੋਂ ਖਾਣੇ ਆ। ਆਹ ਗੁਰਿੰਦਰ ਭਾਪਾ ਇਕੱਲਾ ਇੱਕ ਠੇਕੇਦਾਰ 2,000 ਕਰੋੜ ਰੁਪਇਆ ਇਰੀਗੇਸ਼ਨ ਡਿਪਾਰਟਮੈਂਟ ਦਾ ਖਾ ਗਿਆ, ਅੱਜ ਤੱਕ ਉਹਦੇ ਉਤਲੇ ਕਿਹੜੇ ਸੀਗੇ ਉਹਨਾਂ ਤੱਕ ਜਾਂਚ ਹੀ ਨਹੀਂ ਜਾਣ ਦਿੱਤੀ। ਸੋ ਕੁੱਲ ਮਿਲਾ ਕੇ ਪੰਜਾਬ ਇਜ਼ ਇਨ ਏ ਟੋਟਲ ਮੈਸ,
ਪੰਜਾਬ ਤੇ ਰਾਜ ਕਰਨ ਵਾਲੇ ਸੁੱਤੇ ਪਏ ਨੇ, ਪੰਜਾਬ ਤੇ ਦੋਨੇ ਹੀ ਟੱਬਰ, ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ, ਅਮਰਿੰਦਰ ਸਿੰਘ ਤਾਂ ਗੂੜੀ ਨੀਂਦ ਸੁੱਤੇ ਹੋਏ ਨੇ ਤੇ ਬਾਦਲ ਹੁਣੀ ਬੇਈਮਾਨ ਨੇ। ਇਹਨਾਂ ਨੇ ਆਪਣੇ ਸੂਬੇ ਆਪਣੇ ਕੌਮ ਦੇ ਨਾਲ ਜੋ ਧੋਖਾ ਕੀਤਾ, ਨਾ ਸਿਰਫ ਬੇਅਦਬੀ ਬਲਕਿ ਆਹ ਪਾਣੀਆਂ ਦਾ ਇਸ਼ੂ ਲੈ ਲਓ ਤੁਸੀਂ, ਸਾਰੀਆਂ ਗੱਲਾਂ, ਜੇ ਡਰੱਗਸ ਆ ਤਾਂ ਇਹਨਾਂ ਦੀ ਦੇਣ, ਕਿਉਂਕਿ ਡਰੱਗਸ ਕੱਲ੍ਹ ਪਰਸੋਂ ਪੈਦਾ ਨਹੀਂ ਹੋਏ, ਫਲੱਡਸ ਕੱਲ੍ਹ ਪਰਸੋਂ ਨਹੀਂ ਆਏ। ਅਗਰ ਪੰਜਾਬ ਦੇ ਵਿੱਚ ਕਿਸਾਨ ਆਤਮ ਹੱਤਿਆ ਕਰ ਰਹੇ ਹੋ, ਪਰਸੋਂ ਚੌਥ ਨਹੀਂ ਕਰਨੇ ਸ਼ੁਰੂ ਕੀਤੇ, ਅਗਰ ਕਰਜ਼ਾ ਚੜਿਆ ਪੰਜਾਬ ਦੇ ਸਿਰ ਤੇ 2.5-3 ਲੱਖ ਕਰੋੜ ਦਾ, ਕੱਲ੍ਹ ਪਰਸੋਂ ਨਹੀਂ ਚੜਿਆ, ਇਹ ਇਨਕੇਪੇਬਲ ਇਨਐਫੀਸ਼ੈਂਟ ਕਰਪਟ ਲੀਡਰਸ਼ਿਪ ਦੀ ਦੇਣ ਆ ਕਿ ਅੱਜ ਪੰਜਾਬ ਹਰ ਚੌਪੱਖੀ ਤੁਸੀਂ ਪੰਜਾਬ ਦੀ ਨਿਗਾਹ ਮਾਰ ਲਓ, ਹਾਹਾਕਾਰ ਮੱਚੀ ਹੋਈ ਆ, ਬਹੁਤ ਸਾਰੇ ਇਸ਼ੂਜ਼ ਹੋਰ ਨੇ, ਲੇਕਿਨ ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਂ ਆਪਣੀ ਗੱਲ ਨੂੰ ਇੱਥੇ ਸਮੇਟਦਾ ਤਾਂ ਮੈਂ ਮੰਗ ਕਰਦਾ ਵਾਂ ਕਿ ਕੈਪਟਨ ਅਮਰਿੰਦਰ ਸਿੰਘ ਜੀ, ਘੱਟੋ ਘੱਟ 25-25 ਹਜ਼ਾਰ ਰੁਪਇਆ ਕਿੱਲੇ ਦਾ ਦਿਓ, ਕੋਈ ਜ਼ਿਆਦਾ ਨਹੀਂ ਮੰਗ ਰਹੇ। 50-50 ਹਜ਼ਾਰ ਦੀ ਫਸਲ ਡਿਸਟਰੋਏ ਹੋਈ ਆ, ਜਿਨ੍ਹਾਂ ਦੇ ਜ਼ਮੀਨਾਂ ਖਰਾਬ ਹੋਈਆਂ ਨੇ, ਉਹਨਾਂ ਜਿਨ੍ਹਾਂ ਦੇ ਘਰ ਖਰਾਬ ਹੋਏ ਨੇ, ਉਹਨਾਂ ਨੂੰ ਕੰਪਨਸੇਟ ਕਰੋ, ਉਹ ਘਰ ਦੁਬਾਰਾ ਬਣਨੇ ਨਹੀਂ ਉਹਨਾਂ ਲੋਕਾਂ ਦੇ ਕੋਲੋਂ। ਗਰੀਬ ਆਦਮੀ ਦਾ ਤਾਂ 3 ਲੱਖ ਦਾ, 2 ਲੱਖ ਦਾ, 50 ਹਜ਼ਾਰ ਦਾ ਘਰ ਵੀ ਉੱਥੋਂ ਦੁਬਾਰਾ ਨਹੀਂ ਬਣਨਾ। ਸਾਡਾ ਇਹ ਜਿਹੜਾ ਸ਼ਾਹਕੋਟ ਦਾ, ਇੱਕ ਲਾਸਟ ਮੈਂ ਕਹਿਣ ਲੱਗਿਆ, ਵਨ ਆਫ ਦਾ ਬੇਸਿਕ ਰੀਜ਼ਨਸ ਜਿਹੜਾ ਬਾਦਲ ਸਾਹਿਬ ਦੀ ਨਲੇਕੀ ਅਤੇ ਕੈਪਟਨ ਦੀ ਵੀ ਨਲੇਕੀ ਦੱਸਦਾ, ਜਿਹੜਾ ਪੁਰਾਣਾ ਦਰਿਆ ਦਾ ਪੁਲ ਹੈ ਨਾ, ਮੈਂ ਉੱਥੇ ਮੌਕੇ 'ਤੇ ਜਾ ਕੇ, ਗਿੱਦੜ ਪਿੰਡੀ ਦਾ ਪੁਲ ਕਹਿੰਦੇ ਨੂੰ, ਜਿਹੜਾ ਆਪਣੇ ਨੂੰ ਦੁਆਬੇ ਨੂੰ ਮਾਝੇ ਨਾਲ ਕਨੈਕਟ ਕਰਦਾ, ਫਿਰੋਜ਼ਪੁਰ ਨਾਲ ਕਨੈਕਟ ਕਰਦਾ, ਉਹ ਪੁਰਾਣਾ ਪੁਲ ਰੋਡ ਅਤੇ ਰੇਲਵੇ ਦਾ ਇਕੱਠਾ ਪੁਲ ਹੈ। ਤੁਹਾਡੇ 'ਚ ਬਹੁਤ ਸਾਰੇ ਗਏ ਹੋਣਗੇ, ਮੈਂ ਛੋਟਾ ਹੁੰਦਾ ਮੇਰੇ ਪਿਤਾ ਜੀ ਨੂੰ ਡਿਟੇਨ ਕੀਤਾ ਸੀ ਫਿਰੋਜ਼ਪੁਰ ਜੇਲ੍ਹ ਵਿੱਚ, ਉਹਦੀ ਟਾਈਮਿੰਗ ਹੁੰਦੀ ਸੀ 7 ਵਜੇ ਤੋਂ ਬਾਅਦ ਬੰਦ ਕਰ ਦਿੰਦੇ ਸੀ ਪੁਲ, ਟ੍ਰੇਨ ਲਹਿਦਾ ਲੰਘਦੀ ਸੀਗੀ, ਟ੍ਰੈਫਿਕ ਲਹਿਦਾ ਲੰਘਦੀ ਸੀ, ਉਹ ਪੁਲ ਜਿਹੜਾ ਸੀਗਾ ਉਹ ਬਹੁਤ ਨੀਵਾਂ ਵਾ ਅੱਜ ਦੇ ਯੁੱਗ ਵਿੱਚ, ਜਿਹੜਾ ਨਵਾਂ ਪੁਲ ਬਣਿਆ ਉਹਦੇ ਮੁਕਾਬਲੇ 'ਤੇ ਬਹੁਤ ਉੱਚਾ ਵਾ। ਦਰਿਆ ਕਿਸੇ ਨੇ ਸਾਫ਼ ਨਹੀਂ ਕੀਤਾ, ਉਹਦੀ ਸਿਲਟ ਜਮ੍ਹਾਂ ਹੁੰਦੀ 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 ਬਿਲਕੁਲ ਪੁਲ ਦੇ ਵਿੱਚ ਅਤੇ ਰਿਵਰ ਬੈਡ ਵਿੱਚ, ਸਿਰਫ ਉਹ ਤਾਂ ਲੋਕ ਤਾਂ ਮੈਨੂੰ 1 ਫੁੱਟ ਦਾ ਕਹਿੰਦੇ, ਮੰਨ ਲਿਆ 2 ਫੁੱਟ ਦਾ ਸਿਰਫ ਫਾਸਲਾ ਰਹਿ ਗਿਆ, ਉਹ ਸਾਰਾ ਮਿੰਨੀ ਡੈਮ ਬਣ ਗਿਆ, ਗਿੱਦੜ ਪਿੰਡੀ ਦਾ ਪੁਰਾਣਾ ਰੇਲਵੇ ਦਾ ਬ੍ਰਿਜ ਡੈਮ ਬਣ ਗਿਆ ਵਾ। ਔਰ ਮੈਂ ਖੜ੍ਹ ਕੇ ਅੱਛੀ ਤਰ੍ਹਾਂ ਦੇਖਿਆ ਉਹਦੇ ਜਿਹੜੇ ਉਹਦੇ ਸਪੈਨਸ ਨੇ, ਦੇਰ ਆਰ ਅਬਾਊਟ ਆਈ ਥਿੰਕ 12 ਸਪੈਨਸ, ਉਹਨਾਂ ਸਪੈਨਸ 'ਚ ਸਿਰਫ 2 ਪਾਣੀ ਚੱਲ ਰਹੇ ਨੇ, 10 ਸਪੈਨਸ ਵਿੱਚ ਪਾਣੀ ਬੰਦ ਆ, ਔਰ ਉਹ ਵਾਟਰ ਲੋਗਿੰਗ, ਉਹ ਇਕੱਲੇ ਪੁਲ ਨੇ, ਸਤਲੁਜ ਦਾ ਦਰਿਆ ਦਾ ਪਾਣੀ ਪੂਰਾ ਰੋਕਤਾ, ਜਿਹਦੇ ਕਰਕੇ ਪਾਣੀ ਸਾਰਾ ਬੈਕਵਰਡ ਸਪਰੈਡ ਕਰਕੇ ਅਤੇ ਲੱਖਾਂ ਏਕੜ ਦੇ ਵਿੱਚ ਉਹਨਾਂ ਨੇ ਜਿਹੜੀ ਸਾਰੀ ਤਬਾਹੀ ਕਰ ਦਿੱਤੀ ਆ। ਸੋ BBMP ਦਾ ਚੇਅਰਮੈਨ ਝੂਠਾ ਵਾ, ਉਹ ਮਿਸਲੀਡ ਕਰ ਰਿਹਾ ਲੋਕਾਂ ਨੂੰ, ਇਹ ਮੈਨ ਮੇਡ ਡਿਜ਼ਾਸਟਰ ਨਹੀਂ ਗਾ, ਸੋਰੀ ਇਹ ਨੈਚੁਰਲ ਡਿਜ਼ਾਸਟਰ ਨਹੀਂ ਗਾ, ਇਹ ਮੈਨ ਕ੍ਰੀਏਟਿਡ BBMP ਕ੍ਰੀਏਟਿਡ ਕੋਂਸਪਰੇਸੀ ਅਤੇ ਡਿਜ਼ਾਸਟਰ ਹੈ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ। ਔਰ ਮੈਂ ਕੋਈ ਵੱਡੀ ਗੱਲ ਨਹੀਂ ਹੋਊਗੀ, ਆਉਣ ਵਾਲੇ ਜਦੋਂ ਸੁਪਰੀਮ ਕੋਰਟ 'ਚ ਬਹਿਸ ਹੋਊਗੀ ਜਾਂ ਪਾਣੀਆਂ 'ਤੇ ਡਿਸਕਸ਼ਨ ਹੋ ਕਹਿਣਗੇ, ਪੰਜਾਬ ਕੋਲ ਤਾਂ ਪਾਣੀ ਇੰਨਾ ਜ਼ਿਆਦਾ, ਪੰਜਾਬ ਦਾ ਪਾਣੀ ਇੰਨਾ ਪਾਣੀ ਅੱਗੇ ਹੜ੍ਹ ਆ ਜਾਂਦਾ ਇੱਥੇ ਤਾਂ, ਅਤੇ ਪਾਣੀ ਪੰਜਾਬ ਦਾ ਸਾਨੂੰ ਕੱਢ ਲੈਣ ਦਿਓ SYL ਬਣਾ ਕੇ, ਇਹ ਵੀ ਇੱਕ ਸਾਜਿਸ਼ ਦਾ ਹਿੱਸਾ ਹੋ ਸਕਦੀ ਆ। ਪਾਕਿਸਤਾਨ ਨੂੰ ਜਿਹੜਾ ਪਾਣੀ ਦਿੱਤਾ, ਮੈਂ ਫਿਰ ਰੀਇਟਰੇਟ ਕਰ ਰਿਹਾ, 2 ਮਈ-2 ਜੂਨ ਦੇ ਮਹੀਨੇ ਵਿੱਚ ਪਾਕਿਸਤਾਨ ਨੂੰ ਹਰੀਕੇ ਹੈਡਵਰਕਸ ਤੋਂ ਪਾਣੀ ਦੇਣਾ, ਉਹ ਵੀ ਰਿਕਾਰਡ ਪੰਜਾਬ ਦੇ ਖਿਲਾਫ ਗਿਆ ਕਿ ਤੁਹਾਡੇ ਕੋਲ ਤਾਂ ਪਾਣੀ ਇੰਨਾ ਜ਼ਿਆਦਾ ਵਾ, ਤੁਸੀਂ ਤਾਂ ਪਾਕਿਸਤਾਨ ਨੂੰ ਦੇਈ ਜਾਂਦੇ ਪਾਣੀ। ਇਹ ਸਾਰੇ ਇਸ਼ੂਜ਼ ਅੱਜ ਮੈਂ ਹਾਈਲਾਈਟ ਕਰਨੇ ਸੀ, ਲਿਖਤੀ ਟੈਕਸਟ ਥੋੜ੍ਹਾ ਬਹੁਤਾ ਅਸੀਂ ਭੇਜ ਸਕਾਂਗੇ, ਆਈ ਬੀ ਗ੍ਰੇਟਫੁਲ ਇਫ ਯੂ ਕਵਰ ਦ ਡਿਟੇਲਸ। ਤੁਸੀਂ ਕਹਿੰਦੇ ਗੱਲ ਇਹਨਾਂ ਦੀ ਸੁਣੋ, ਸਮਝੋ ਇੱਕ ਗੱਲ ਬੜੀ ਇੰਪੋਰਟੈਂਟ ਆ, ਅੱਜ ਅਜੀਤ ਦੀ ਰਿਪੋਰਟਿੰਗ ਹੈ ਕਿ ਜਿਹੜਾ ਪ੍ਰੋਟੋਕੋਲ ਹੈਗਾ ਕਿ 15 ਅਗਸਤ ਤੱਕ 1600 ਅਤੇ 75 ਫੁੱਟ ਤੱਕ ਪਾਣੀ ਰੱਖਣਾ ਹੁੰਦਾ, ਉਹ 1670 ਤੱਕ, ਅਤੇ 15 ਅਗਸਤ ਨੂੰ ਇਹਨਾਂ ਨੇ 1673 ਫੁੱਟ ਪਾਣੀ ਕਰ ਲਿਆ ਸੀਗਾ, ਉਹ 3 ਫੁੱਟ ਪਾਣੀ ਕਿਉਂ ਜ਼ਿਆਦਾ ਜਮ੍ਹਾਂ ਕੀਤਾ ਗਿਆ। ਅਤੇ ਸੈਕਿੰਡ ਗੱਲ, ਜਿਹੜਾ 1988 ਦੇ ਵਿੱਚ ਜਦੋਂ ਹੜ੍ਹ ਆਏ ਆ, 1687 ਫੁੱਟ 'ਤੇ ਜਾ ਕੇ ਇੰਨਿਆਂ ਮਤਲਬ ਗੇਟ ਖੋਲ੍ਹੇ ਗਏ ਸੀ, ਜਿੰਨਾ ਕਿ ਇਸ ਵੇਲੇ 1682 ਫੁੱਟ 'ਤੇ ਖੋਲ੍ਹ ਦਿੱਤੇ ਗਏ। ਇਹ ਜਿਹੜੀਆਂ ਸਾਰੀਆਂ ਗੱਲਾਂ, ਇਹਨਾਂ ਦੀ BBMP ਦੀ ਇੰਟੈਂਸ਼ਨ ਹੈ ਜਿਹੜੀ, ਉਹਦੇ ਵੱਲ ਉਹਦੀ ਮਤਲਬ ਮਲਫੈਡ ਹੋਣ ਦੇ ਵੱਲ ਇਸ਼ਾਰਾ ਕਰਦੀਆਂ ਵੀ ਇਹਨਾਂ ਦੀ ਕੋਈ ਨਾ ਕੋਈ ਸਾਜਿਸ਼ ਹੈਗੀ ਆ। ਪਹਿਲਾਂ ਵਾਟਰ ਲੈਵਲ ਜ਼ਿਆਦਾ ਮੇਨਟੇਨ ਕਰਨਾ, ਕਿਉਂਕਿ ਪਤਾ ਸੀਗਾ, ਫੋਰਕਾਸਟਿੰਗ ਸੀਗੀ ਰੇਨ ਆਉਣੀ ਹੈ, ਅਤੇ ਉਸ ਤੋਂ ਬਾਅਦ 1688 ਵਾਲੇ ਲੈਵਲ ਤੋਂ ਪਹਿਲਾਂ ਹੀ ਪੈਨਿਕ ਕ੍ਰੀਏਟ ਕਰਕੇ ਫਲੱਡ ਗੇਟ ਰਾਤ ਨੂੰ ਛੱਡਦੇ ਨੇ, ਇਹ ਇਹਨਾਂ ਦੇ ਜਿਹੜਾ ਮਨਸ਼ਾ ਦੇ ਖਿਲਾਫ ਜਿਹੜਾ ਭੁਗਤਦੀ ਹੈ।